हां जी, की हाल चाल है दोस्तों। सब तो पहला स्वागत है तुहाडा साडे YouTube चैनल बिग स्टार बायो दे विच। अज आपां उस एक्टर दी गल करन जा रहे हां जिन्होंने 50 फिल्मां तो भी उपर फिल्मां दर्शकां दी झोली दे विच पाईआं हन। ओह सिर्फ एक एक्टर ही नहीं सगो एक बहुत ही मिट्टी आवाज दे मालक हन। जी हां, अज आपां तुहाडे सब दे फेवरेट कॉमेडी एक्टर गुरमीत साजन की बायोग्राफी लेके हाजिर हुए हैं। अज इस वीडियो दे विच आपां उन्हां दे जीवन बारे विस्थार नाल गलबात करांगे। दोस्तों वीडियो नूं लाइक करन दे नाल नाल अपना प्यारा ते मिठा जिहा क्लिक सबसक्राइब वाले बटन ते भी जरूर कर दो, क्योंकि आपां इसे तरह दीआं वीडियो अपने चैनल ते अपलोड करते रहने हाँ। चलो दोस्तों, हुण आपां ज़्यादा समां ना लगाउंदे होए गुरमीत साजन दे जीवन वाली इक झात मार लैने हाँ। गुरमीत साजन का जन्म 1 नवंबर 1961 ईस्वी नूं पिंड लंडे मोगा पंजाब विखे होया। गुरमीत साजन का पूरा नाम गुरमीत सिंह साजन है। घर दे इन्हां नूं प्यार दे नाल गुरी कहिंदे ने। इन्हां दा जन्म एक जट सिख परिवार दे विच होया। गुरमीत साजन नूं बचपन तो ही गाउण ते एक्टिंग करन दा बहुत ही ज़्यादा शौक सी। उन्होंने अपनी स्कूली पढ़ाई गवर्नमेंट हायर सेकेंडरी स्कूल अरन तंगी तमिलनाडु तो पूरी की। अक्सर ही अपने स्कूल की बाल सभा वाले दिन गा के सभना का दिल जित लेंदे सन। स्कूल होंगे नाटकों के बहुत ही वधिया कमेडी भी करते होंगे सी, सब नू हसाते होंगे सी। उन्हां दी एक्टिंग नू सभना का बहुत ही ज़्यादा प्यार मिलता सी। इस तरह गुरमीत साजन का दोस्तों हौसला वधदा जांदा। ਤੁਹਾਡੀ ਜਾਣਕਾਰੀ ਲਈ ਅਸੀਂ ਇੱਕ ਗੱਲ ਹੋਰ ਵੀ ਦੱਸ ਦਿੰਦੇ ਹਾਂ ਕਿ ਜਦੋਂ ਉਹ ਆਪਣੇ ਸਕੂਲ ਦੀ 5ਵੀਂ ਜਮਾਤ ਦੇ ਵਿੱਚ ਪੜ੍ਹਦੇ ਸੀ ਤਾਂ ਉਹਨਾਂ ਨੇ ਕਲਾਸੀਕਲ 뮤직 ਦੀ ਸਿੱਖਿਆ ਲੈਣੀ ਵੀ ਸ਼ੁਰੂ ਕਰ ਦਿੱਤੀ ਸੀ। ਤੇ ਉਹਨਾਂ ਦੇ ਇਸ ਸ਼ੌਂਕ ਦੇ ਵਿੱਚ ਉਹਨਾਂ ਦੇ ਪਿਤਾ ਸਰਦਾਰ ਬਾਬੂ ਸਿੰਘ ਨੇ ਇਹਨਾਂ ਨੂੰ ਪੂਰਾ ਸਪੋਰਟ ਕੀਤਾ। ਸਕੂਲੀ ਪੜ੍ਹਾਈ ਕਰਨ ਤੋਂ ਬਾਅਦ ਉਹਨਾਂ ਨੇ ਗਾਇਕੀ ਦੀ ਹੋਰ ਜਾਂਚ ਕਰਨ ਦੇ ਲਈ ਬਰਜਿੰਦਰਾ ਕਾਲਜ ਫਰੀਦਕੋਟ ਵਿਖੇ ਦਾਖਲਾ ਲੈ ਲਿਆ ਤੇ ਉੱਥੇ ਉਹਨਾਂ ਨੇ ਆਪਣੀ 뮤직 ਦੀ ਪੜ੍ਹਾਈ ਨੂੰ ਕੰਪਲੀਟ ਕੀਤਾ। ਗੁਰਮੀਤ ਸਾਜਨ ਨਾਲ ਦੀ ਨਾਲ ਪੜ੍ਹਾਈ ਕਰਦੇ ਤੇ ਨਾਲ ਦੀ ਨਾਲ ਗਾਇਕੀ ਵੱਲ ਵੀ ਧਿਆਨ ਦਿੰਦੇ ਸਨ। ਉਹ ਪੜ੍ਹਾਈ ਕਰਨ ਦੇ ਨਾਲ ਨਾਲ ਅਖਾੜੇ ਵੀ ਲਾਉਂਦੇ ਸੀ। ਉਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਗਾਇਕ ਵਜੋਂ ਕੀਤੀ ਸੀ। ਉਹਨਾਂ ਨੇ ਪਹਿਲਾਂ ਪ੍ਰੋਫੈਸ਼ਨ ਦੇ ਤੌਰ 'ਤੇ ਇੱਕ ਗਾਇਕੀ ਨੂੰ ਅਪਣਾਇਆ। ਉਹਨਾਂ ਨੇ ਆਪਣੀਆਂ 2 ਐਲਬਮਾਂ ਰਿਲੀਜ਼ ਕਰਵਾਈਆਂ ਸੀ। ਇੱਕ ਦਾ ਨਾਮ ਸੀ ਨੱਚਣਾ ਵੀ ਮਨਜ਼ੂਰ ਤੇ ਦੂਜੇ ਦਾ ਨਾਮ ਸੀ ਉਹ ਦਿਨ ਪਰਤ ਨਹੀਂ ਆਊ। ਹਾਲਾਂਕਿ ਗੁਰਮੀਤ ਸਾਜਨ ਬਹੁਤ ਹੀ ਜ਼ਿਆਦਾ ਵਧੀਆ ਗਾਉਂਦੇ ਸੀ, ਪਰ ਉਹਨਾਂ ਦਾ ਗਾਇਕੀ ਵਾਲਾ ਸ਼ੌਂਕ ਉਹਨਾਂ ਨੂੰ ਬੁਲੰਦੀਆਂ ਤੱਕ ਨਾ ਲਿਜਾ ਸਕਿਆ। ਫਿਰ ਉਹਨਾਂ ਨੇ ਗਾਉਣਾ ਛੱਡ ਕੇ ਥੀਏਟਰ ਦੇ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਥੀਏਟਰ ਵਿੱਚ ਪੂਰੀ ਮਿਹਨਤ ਕੀਤੀ ਤੇ ਉਹਨਾਂ ਨੇ ਸੁਦਰਸ਼ਨ ਮਨੀ ਦੇ ਕਈ ਡਰਾਮਿਆਂ ਦੇ ਵਿੱਚ ਵੀ ਕੰਮ ਕੀਤਾ। ਫਿਰ ਉਹਨਾਂ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਫਿਲਮ ਉਡੀਕਾਂ ਸੌਣ ਦੀਆਂ 1991 ਦੇ ਵਿੱਚ ਕੀਤੀ ਸੀ। ਉਹ ਫਿਲਮ ਦੋਸਤੋ ਇਹਨਾਂ ਦੀ ਇੰਨੀ ਜ਼ਿਆਦਾ ਵਧੀਆ ਨਾਲ ਚੱਲ ਸਕੀ। ਇਸ ਤੋਂ ਇਲਾਵਾ ਉਹਨਾਂ ਨੇ ਹੋਰ ਬਹੁਤ ਸਾਰੀਆਂ ਫਿਲਮਾਂ ਕੀਤੀਆਂ, ਪਰ ਫਿਲਮ ਬਗਾਵਤ ਵਿੱਚ ਥਾਣੇਦਾਰ ਨੱਤਾ ਦਾ ਕਿਰਦਾਰ ਨਿਭਾ ਕੇ ਉਹਨਾਂ ਨੇ ਸਭਨਾ ਦਾ ਦਿਲ ਜਿੱਤ ਲਿਆ। ਉਹ ਫਿਲਮ ਦਰਸ਼ਕਾਂ ਵੱਲੋਂ ਬਹੁਤ ਹੀ ਜ਼ਿਆਦਾ ਪਸੰਦ ਵੀ ਕੀਤੀ ਗਈ, ਪਰ ਉਹ ਫਿਲਮ ਉਹਨਾਂ ਨੂੰ ਉੱਨੀ ਉਚਾਈ ਤੱਕ ਨਾ ਲਿਜਾ ਸਕੀ ਜਿਸ ਦੇ ਉਹ ਹੱਕਦਾਰ ਸਨ। ਫਿਰ ਉਹਨਾਂ ਨੇ ਕਈ ਬਹੁਤ ਸਾਰੀਆਂ ਟੈਲੀ ਫਿਲਮਾਂ ਵੀ ਕੀਤੀਆਂ, ਜਿਵੇਂ ਕਾਲਾ ਮਾਲਾ, ਅਮਲੀ ਪੰਜਾਬ ਦੇ ਮਾਂ ਦਾ ਧਰਮਿੰਦਰ। ਅਜਿਹੀਆਂ ਉਹਨਾਂ ਦੇ ਦੋਸਤੋ ਟੈਲੀ ਫਿਲਮਾਂ ਨੂੰ ਵੀ ਦਰਸ਼ਕਾਂ ਨੇ ਪਿਆਰ ਤਾਂ ਦਿੱਤਾ, ਪਰ ਉਹਨਾਂ ਦਾ ਪੰਜਾਬੀ ਇੰਡਸਟਰੀ ਵਿੱਚ ਇੰਨਾ ਇੱਕ ਵਧੀਆ ਨਾਮ ਨਾ ਬਣ ਸਕਿਆ। ਦੋਸਤੋ ਗੁਰਮੀਤ ਸਾਜਨ ਦੀ ਅਸਲੀ ਪਹਿਚਾਣ ਸੰਨ 2015 ਦੇ ਵਿੱਚ ਅੰਗਰੇਜ਼ ਫਿਲਮ ਨਾਲ ਬਣੀ, ਜੋ ਕਿ ਫਿਲਮ ਅਮਰਿੰਦਰ ਗਿੱਲ ਦੀ ਸੀ। ਉਸ ਵਿੱਚ ਇਹਨਾਂ ਨੇ ਫੁੱਫੜ ਦਾ ਕਿਰਦਾਰ ਨਿਭਾ ਕੇ ਸਭਨਾ ਦਾ ਦਿਲ ਜਿੱਤ ਲਿਆ ਤੇ ਇਹਨਾਂ ਦੀ ਐਕਟਿੰਗ ਸਾਰਿਆਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਈ। ਦੋਸਤੋ ਇਸ ਦੇ ਨਾਲ ਨਾਲ ਉਹਨਾਂ ਦੇ ਫੈਨ ਬਣਨੇ ਵੀ ਸ਼ੁਰੂ ਹੋ ਗਏ ਤੇ ਉਹ ਇੱਕ ਵਧੀਆ ਕਮੇਡੀ ਐਕਟਰਾਂ ਦੇ ਵਿੱਚ ਆਉਣ ਲੱਗੇ। ਫਿਰ ਉਹਨਾਂ ਨੂੰ ਹੋਰ ਕਈ ਸਾਰੀਆਂ ਬੈਕ ਟੂ ਬੈਕ ਫਿਲਮਾਂ ਆਉਣ ਲੱਗੀਆਂ, ਜਿਵੇਂ ਨਿੱਕਾ ਜੈਲਦਾਰ, ਸਾਹ ਬਹਾਦਰ, ਲਵ ਪੰਜਾਬ, ਰੱਬ ਦਾ ਰੇਡੀਓ, ਵੇਖ ਬਰਾਤਾਂ ਚੱਲੀਆਂ ਤੇ ਕਾਕਾ ਜੀਆਂ ਫਿਲਮਾਂ ਇਹਨਾਂ ਦੀਆਂ ਬਹੁਤ ਹੀ ਜ਼ਿਆਦਾ ਸੁਪਰਹਿੱਟ ਸਾਬਤ ਹੋਈਆਂ। ਇਹਨਾਂ ਫਿਲਮਾਂ ਨੂੰ ਦਰਸ਼ਕਾਂ ਵੱਲੋਂ ਖੂਬ ਹੀ ਜ਼ਿਆਦਾ ਪਿਆਰ ਮਿਲਿਆ ਤੇ ਇਹਨਾਂ ਵਿੱਚ ਇਹਨਾਂ ਨੇ ਆਪਣੀ ਸ਼ਾਨਦਾਰ ਐਕਟਿੰਗ ਕਰਕੇ ਸਭਨਾ ਦਾ ਦਿਲ ਜਿੱਤ ਲਿਆ।
ਦੋਸਤੋ ਇਹ ਹੁਣ ਇੱਕ ਬਹੁਤ ਹੀ ਵਧੀਆ ਐਕਟਰ ਹੀ ਨਹੀਂ ਸਗੋਂ ਪ੍ਰੋਡਿਊਸਰ ਵੀ ਹਨ। ਇਹਨਾਂ ਨੇ ਕੁੜਮਾਈਆ ਫਿਲਮ ਨੂੰ ਦੋਸਤੋ ਪ੍ਰੋਡਿਊਸ ਕੀਤਾ ਹੈ। ਉਹਨਾਂ ਨੇ ਇੱਕ ਬਾਲੀਵੁੱਡ ਫਿਲਮ ਜੱਟ ਜਮਲਾ ਪਗਲਾ ਦੀਵਾਨਾ ਇਹਦੇ ਵਿੱਚ ਵੀ ਆਪਣੀ ਸ਼ਾਨਦਾਰ ਐਕਟਿੰਗ ਕੀਤੀ ਆ। ਜੇਕਰ ਆਪਾਂ ਹੁਣ ਦੋਸਤੋ ਇਹਨਾਂ ਦੀ ਪਰਸਨਲ ਲਾਈਫ ਦੀ ਗੱਲ ਕਰੀਏ ਨਾ, ਆਪਾਂ ਮੈਰਿਜ ਦੀ ਗੱਲ ਕਰੀਏ ਤਾਂ ਇਹਨਾਂ ਦੀ ਮੈਰਿਜ ਸੁਰਿੰਦਰ ਕੌਰ ਜੀ ਨਾਲ ਹੋ ਚੁੱਕੀ ਹੈ ਅਤੇ ਇਹਨਾਂ ਕੋਲ ਦੋ ਪੁੱਤਰ ਵੀ ਹਨ। ਦੋਸਤੋ ਇਹ ਸਾਰੀ ਗੁਰਮੀਤ ਸਾਜਨ ਜੀ ਦੀ ਲਾਈਫ ਸਟੋਰੀ ਸੀ। ਮੈਂ ਉਮੀਦ ਕਰਦਾ ਕਿ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦਾ ਦੋਸਤੋ ਪਸੰਦ ਆਈ ਹੋਊਗੀ। ਜੇ ਵੀਡੀਓ ਪਸੰਦ ਆਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ। ਆਪਾਂ ਜਲਦੀ ਤੁਹਾਡੇ ਦਰਮਿਆਨ ਕੋਈ ਅਗਲੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ।